ਇੱਕ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਹਰ ਵਰਗ ਲਈ ਸੱਚੀ ਹਮਦਰਦੀ ਰੱਖਣ ਵਾਲੇ ਅਤੇ ਹਰ ਵੇਲੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਵਾਲੇ ਇਨਸਾਨ ਬਾਬਾ ਦਰਸ਼ਨ ਸਿੰਘ ਜੀ। ਆਪ ਹਮੇਸ਼ਾ ਹੀ ਸੱਚ ਦੇ ਰਸਤੇ ਤੇ ਚੱਲੇ ਅਤੇ ਸਭਨਾ ਨਾਲ ਹੱਸ ਕੇ ਬੋਲਣਾ ਆਪ ਜੀ ਦਾ ਸੁਭਾਅ ਸੀ। ਆਪ ਹਰ ਕਿਸੇ ਦੇ ਦੁੱਖ ਦਰਦ ਵਿੱਚ ਸਹਾਈ ਹੁੰਦੇ ਸਨ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਇਨਸਾਨ ਸਨ ਅਤੇ ਆਪ ਜੀ ਦੇ ਚੰਗੇ ਸੰਸਕਾਰ ਅਸੀਂ ਆਪ ਜੀ ਦੇ ਸਮੂਹ ਪਰਿਵਾਰ ਵਿੱਚ ਦੇਖ ਸਕਦੇ ਹਾਂ। ਬਾਬਾ ਦਰਸ਼ਨ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਤਪ ਸਥਾਨ ਬਾਬਾ ਮੀਹਾਂ ਸਿੰਘ ਜੀ ਸਿਆਹੜ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਪੇਸ਼ ਹੈ ਇਸ ਧਾਰਮਿਕ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ। ਗੋਬਿੰਦ ਮਿਲਣ ਕੀ ਏ ਤੇਰੀ ਪਰਿਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸੰਜਾਮ ਲਾਗ ਭਵਜਲ ਤਰਨ ਕੈ, ਜਨਮ ਪ੍ਰਥਾ ਜਾਤ ਰੰਗ ਮਾਇਆ ਕੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਉਥੇ ਨਾਮ ਨੇ ਸਹਾਇਤਾ ਤੇਰੀ ਕਰਨੀ ਹੈ, ਜਿੱਥੇ ਨਾ ਕੋਈ ਮਾਤ ਪਿਤਾ, ਉਥੇ ਨਾਮ ਨੇ ਸਹਾਇਤਾ ਤੇਰੀ ਕਰਨੀ ਹੈ, ਜਿੱਥੇ ਨਾ ਕੋਈ ਮਾਤ ਪਿਤਾ। ਝਗੜੇ ਝੇੜੇ ਨੂੰ ਛੱਡਦੇ, ਝਗੜੇ ਝੇੜੇ ਨੂੰ ਛੱਡਦੇ, ਝਗੜੇ ਝੇੜੇ ਨੂੰ ਛੱਡਦੇ, ਝਗੜੇ ਝੇੜੇ ਇੱਥੇ ਕਈ ਸਿਕੰਦਰ ਹੋ ਗਏ, ਤੂੰ ਰੋਨੀਆ ਕਿਹੜੇ ਨੂੰ, ਇੱਥੇ ਕਈ ਸਿਕੰਦਰ ਹੋ ਗਏ, ਤੂੰ ਰੋਨੀਆ ਕਿਹੜੇ ਨੂੰ, ਇੱਥੇ ਕਈ ਸਿਕੰਦਰ ਹੋ ਗਏ, ਤੂੰ ਰੋਨੀਆ ਕਿਹੜੇ ਨੂੰ, ਇੱਥੇ ਕਈ ਸਿਕੰਦਰ ਹੋ ਗਏ, ਤੂੰ ਰੋਨੀਆ ਕਿਹੜੇ ਨੂੰ, ਤੂੰ ਰੋਨੀਆ ਕਿਹੜੇ ਨੂੰ,
ਤੂੰ ਰੋਨੀਆਂ ਕਿਹੜੇ ਨੂੰ ਮੰਦਰ ਨਾ ਵੇਖ ਬਾਜੀ ਹਾਰ ਜਾਵੇਗਾ ਰਾਵਣ ਕਿਆ ਲੈ ਗਿਆ ਮੂਰਖ ਰਾਵਣ ਕਿਆ ਲੈ ਗਿਆ ਮੂਰਖ ਰਾਵਣ ਕਿਆ ਲੈ ਗਿਆ ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਵੇਗਾ ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਵੇਗਾ ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੀ ਫੁੱਲ ਭੇਂਟ ਕੀਤੇ। ਉਹਨਾਂ ਦੇ ਪਰਮ ਪਿਆਰੇ ਮਿੱਤਰਾਂ ਚੋਂ ਬਾਬਾ ਸਵਰਨ ਦਾਸ ਮੋਮਨਾਬਾਦ, ਬਾਬਾ ਰਾਮਗਿਰੀ ਜੀ ਸਿਆਟ ਤੋਂ, ਡੇਰਾ ਕਲਾਟ ਤੋਂ, ਮੁਕੰਦਪੁਰ ਡੇਰੇ ਤੋਂ ਸੰਤ ਸਤ ਸੁਖਦੇਵ ਸਿੰਘ ਭਰਪੂਰਗੜ੍ਹ, ਸਾਧੂ ਜਨ ਆਏ ਨੇ, ਸਾਧੂਆਂ ਦੇ ਸਾਧੂ ਮਿੱਤਰ ਹੁੰਦੇ ਨੇ। ਪਰ ਤੁਸੀਂ ਸਾਰੀ ਸੰਗਤ ਵੀ ਪਿਆਰ ਪਰਿਵਾਰ ਨਾਲ ਦਿਖਾਉਂਦਿਆਂ ਹੋਇਆਂ ਉਹਨਾਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਪਿਆਰ ਸੀ ਉਸ ਮਹਾਂਪੁਰਖ ਸਾਧੂ ਦੀ ਇਸ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ। ਬਾਬਾ ਜੀ ਫੁਰਮਾਨ ਕਰਦੇ ਸਨ, ਭਾਈ ਸਮਾਗਮ ਖੁਸ਼ੀ ਦਾ ਹੈ, ਸਮਾਗਮ ਗਮੀ ਦਾ ਹੈ, ਸਮਾਗਮ ਜੋ ਵੀ ਹੈ ਗੁਰਸਿੱਖਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਪ੍ਰਥਾਏ ਕੀਰਤਨ ਕਰਕੇ ਅਰਦਾਸ ਕਰਨੀ ਹੈ। ਤੋ ਅਰਦਾਸ ਉਪਰੰਤ ਜੋ ਹੁਕਮਨਾਮਾ ਆਏਗਾ ਉਹ ਹੁਕਮਨਾਮਾ ਉਸ ਸਮਾਗਮ ਦਾ ਰਿਜ਼ਲਟ ਹੁੰਦਾ। ਪ੍ਰਾਣੀ ਪ੍ਰਤੀ ਅਰਦਾਸ ਹੋਈ ਹੈ ਤਾਂ ਉਹ ਹੁਕਮਨਾਮੇ ਨੂੰ ਬਾਅਦ ਚੋ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਦਰਸ਼ਨ ਸਿੰਘ ਜੀ ਦੀ ਅੰਤਿਮ ਅਰਦਾਸ ਤੁਸੀਂ ਸਰਬ ਸੰਗਤ ਨੇ ਜੋ ਮਰਿਆਦਾ ਹੈ ਮਿਲ ਕੇ ਕੀਤੀ, ਸਾਹਿਬ ਨੇ ਹੁਕਮਨਾਮਾ ਬਖਸ਼ਿਆ, ਅੰਤਿਮ ਅਰਦਾਸ 'ਤੇ ਮੋਹਰ ਲਾਈ, ਗੁਰ ਪੂਰਾ ਭੇਟਿਓ ਵਡਭਾਗੀ ਮਨੇ ਪਿਆ ਪ੍ਰਗਾਸਾ। ਗਿਆਨ ਉਸਨੂੰ ਸੀ ਵੀ ਸੰਸਾਰ ਝੂਠ ਹੈ, ਇਸ ਵਾਸਤੇ ਸੰਸਾਰ ਅੰਦਰ ਜੀਵਨ ਬਸਰ ਕੀਤਾ ਪਰ ਸੰਸਾਰ ਅੰਦਰ ਪ੍ਰਵਿਰਤ ਨਹੀਂ ਹੋਇਆ। ਗੁਰ ਪੂਰਾ ਭੇਟਿਓ ਵਡਭਾਗੀ ਮਨੇ ਪਿਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਿਭਾਸਾ, ਆਪਣੇ ਸਤਿਗੁਰ ਕੈ ਬਲਿਹਾਰ ਹੈ, ਆ ਗਏ ਸੁੱਖ ਪਾਸੇ ਪਾਛੈ ਸੁੱਖ ਸਹਿਜਾ, ਘਰ ਆਨੰਦ ਹਮਾਰੈ ਅੰਤਰਜਾਮੀ ਕਰਨੇ ਹਾਰਾ, ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਣੀ ਲਾਗੇ, ਇੱਕ ਰਾਮ ਨਾਮ ਆਧਾਰਾ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ, ਕੰਠ ਲਗਾਏ ਆਪਣੇ ਦਿਨ ਰਾਖੇ ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ, ਜੀਵਨ ਦਾ ਕਾਰਜ ਇਹ ਸੰਤ ਦਰਸ਼ਨ ਸਿੰਘ ਜੀ ਪ੍ਰਤੀ ਕੀਤੀ ਅਰਦਾਸ 'ਤੇ ਸਾਹਿਬ ਹੁਕਮ ਬਖਸ਼ ਰਹੇ ਨੇ। ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ, ਔਰ ਪਰਿਵਾਰ ਵੱਲੋਂ ਉਹਨਾਂ ਦੀ ਮਿੱਠੀ ਨਿੱਘੀ ਯਾਦ ਅੰਦਰ ਮਾਇਆ ਸਫਲ ਕੀਤੀ ਹੈ। ਗੁਰਦੁਆਰਾ ਪਾਤਸ਼ਾਹੀ 6ਵੇਂ ਪਾਤਸ਼ਾਹ ਜੀ 3100 ਰੁਪਇਆ, ਗੁਰਦੁਆਰਾ ਰਵਿਦਾਸ ਭਗਤ ਜੀ 1300 ਰੁਪਇਆ, ਡੇਰਾ ਸ਼ਿਵ ਮੰਦਰ ਸਿਆੜ 1300 ਰੁਪਇਆ, ਪੀਰਖਾਨਾ ਸਿਆੜ 1300 ਰੁਪਇਆ, ਡੇਰਾ ਮੋਮਨਾਬਾਦ ਵਾਸਤੇ 1300 ਰੁਪਇਆ, ਡੇਰਾ ਬਾਬਾ ਸਰਵਣ ਦਾਸ ਜੀ ਵਾਸਤੇ 1300 ਰੁਪਇਆ, ਕਲਾੜ ਵਾਲੇ ਡੇਰੇ ਵਾਸਤੇ 1300 ਰੁਪਇਆ। ਇਹ ਮਾਇਆ ਗੁਰਦੁਆਰਾ ਨਾਮਧਾਰੀ ਸਿੰਘਾਂ ਉਹਦੇ ਵਾਸਤੇ ਵੀ ਮਾਇਆ ਇਸ ਤਰ੍ਹਾਂ ਪਰਿਵਾਰ ਨੇ ਉਹਨਾਂ ਦੀ ਯਾਦ ਵਿੱਚ ਅਰਪਣ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਹ ਮਾਇਆ ਵੀ ਸਫਲ ਕਰਨ, ਉਹਨਾਂ ਦੇ ਜੀਵਨ ਤੋਂ ਪਰਿਵਾਰ ਨੂੰ ਪ੍ਰੇਰਨਾ, ਉਹਨਾਂ ਦੇ ਸੰਗੀਆਂ ਨੂੰ ਪ੍ਰੇਰਨਾ ਮਿਲਦੀ ਰਹੇ। ਜਿਤਨੀ ਸੰਗਤ ਆਈ ਹੈ ਗੁਰੂ ਕੀ ਦੇਗ ਵਰਤੇ ਗਈ, ਉਪਰੰਤ ਗੁਰੂ ਕਾ ਲੰਗਰ ਜਲ ਪਾਣੀ ਜੋ ਪਰਿਵਾਰ ਵੱਲੋਂ ਹਾਜ਼ਰ ਹੈ, ਤੁਸੀਂ ਛੱਕੇ ਜਾਣ ਦੀ ਕਿਰਪਾਲਤਾ ਕਰਨੀ। ਪਰਿਵਾਰ ਤੁਹਾਡਾ ਇਸ ਸਮੇਂ ਪਹੁੰਚਣ 'ਤੇ ਬਹੁਤ ਧੰਨਵਾਦੀ ਹੈ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ।